मैं लाके की वागवान। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਆ ਜੀ। ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ। ਪਹਿਲਾਂ ਦਾ ਸਵਾਗਤ ਕਰਦਾ ਜੀ ਮੈਂ ਆਪਣੇ YouTube ਚੈਨਲ ਬੈਂਕ ਸਾਹਿਬ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ। ਅੱਜ ਦਾ ਵੀਡੀਓ ਜੀ, ਅੱਜ ਆਪਾਂ ਮੈਂ ਇੱਥੇ ਬੈਠਾ ਸੀਗਾ ਕੰਪਿਊਟਰ 'ਤੇ, ਮੈਂ ਦੇਖਦਾ ਪਿਆ ਸੀ ਯੂਟਿਊਬਰਸ, ਅਤੇ ਮੈਂ ਜ਼ਿਆਦਾਤਰ ਮਨੋਜ ਦੇਵ ਦੀਆਂ ਵੀਡੀਓ ਦੇਖਦਾ ਹੁੰਦਾ ਹਾਂ, ਕਿਉਂਕਿ ਉਹਦੇ ਥੋੜ੍ਹੇ ਕੁ ਟਾਈਮ 'ਚ 2 million ਤੱਕ ਵਿਊਜ ਸਬਸਕ੍ਰਾਈਬਰ ਪਹੁੰਚ ਗਏ ਆ ਜੀ। ਅਤੇ ਮੈਂ ਉਹਦੀਆਂ ਵੀਡੀਓਜ਼ ਦੇਖਦਾ ਹੁੰਦਾ ਅਤੇ ਬਹੁਤ ਵਧੀਆ, ਜਿੱਦਾਂ ਕਿ ਇੰਟਰਸਟਿੰਗ ਵੀਡੀਓ ਹੁੰਦੀਆਂ ਸਾਰੀਆਂ, ਯੂਟਿਊਬ ਰਿਲੇਟਿਵ ਸਾਰਾ ਕੁਛ ਦੱਸਦੇ ਹੁੰਦੇ ਆ ਜਿੱਦਾਂ ਵੀ ਜੋ ਵੀ ਆ। ਅਤੇ ਮੈਨੂੰ ਤਾਂ ਇੰਨਾ ਹਜੇ ਨੌਲੇਜ ਨਹੀਂ ਹੈਗੀ ਜੀ, ਮੈਂ ਤਾਂ ਹਜੇ ਨਵਾਂ ਨਵਾਂ ਚਲਾਉਣਾ ਸਿੱਖਿਆ ਜੀ ਯੂਟਿਊਬ 'ਤੇ। ਪਰ ਮੈਂ ਅੱਜ ਇੱਕ ਵੀਡੀਓ ਦੇਖਦਾ ਪਿਆ ਸੀ ਅਤੇ ਨਵੀਂ ਅਪਡੇਟਸ ਆਈ ਸੀਗੀ ਯੂਟਿਊਬ ਦੀ, ਅਤੇ ਉਹ ਮਨੋਜ ਦੇਈ ਦੀ ਮੈਂ ਦੇਖ ਰਿਹਾ ਸੀਗਾ ਵੀਡੀਓ। ਉਹਦੇ ਵਿੱਚ ਦੱਸਿਆ ਸੀਗਾ ਕਿ ਜਿੱਦਾਂ ਆਪਣੇ ਚੈਨਲ ਨੂੰ ਮੋਨੀਟਾਈਜ਼ ਕਿੱਦਾਂ ਕਰਨਾ ਆ ਆਪਾਂ, ਅਤੇ 3-4 ਚੀਜ਼ਾਂ ਉਹਨਾਂ ਨੇ ਦੱਸੀਆਂ ਸੀ, ਤੁਸੀਂ ਦੇਖ ਵੀ ਸਕਦੇ ਯੂਟਿਊਬ 'ਤੇ ਮਨੋਜ ਦੇਈ ਦੇ ਨਾਂ ਦੇ ਸਰਚ ਮਾਰ ਕੇ। ਅਤੇ ਉਹਦੇ ਵਿੱਚ ਦੱਸਿਆ ਸੀਗਾ ਜਿੱਦਾਂ ਕਿ ਆਪਣਾ ਦੱਸਣਾ ਜਾਂ ਕਿਹਦੇ ਰਿਗਾਰਡਿੰਗ ਆਪਾਂ ਵੀਡੀਓ ਬਣਾ ਕੇ ਆਪਣੇ ਚੈਨਲ 'ਤੇ ਪਾਉਂਦੇ ਹਾਂ, ਕਿਹੜਾ ਰਿਗਾਰਡਿੰਗ, ਮਤਲਬ ਕਿ ਜਿੱਦਾਂ ਹੁਣ ਆਪਾਂ ਆ, ਆਪਾਂ ਤਾਂ ਜੀ ਤਾਂ ਇੰਟਰਟੇਨਮੈਂਟ ਲਈ ਪਾਈ ਦੀਆਂ ਆ, ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਜੀ, ਹਰੇਕ ਦਾ ਇੰਟਰਟੇਨਮੈਂਟ ਜਾਂ ਫਿਰ ਕੁਛ ਨਾ ਕੁਛ ਨੌਲੇਜ ਆਪਾਂ ਨੂੰ ਮਿਲਦੀ ਆ ਥੋੜ੍ਹੀ ਬਹੁਤੀ। ਜਿੱਦਾਂ ਮੈਂ ਪਿੱਛੇ ਜੇ ਸਪਰੇਆਂ ਵਾਲੀਆਂ ਬਣਾਈਆਂ ਸੀਗੀਆਂ, ਕਈਆਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਜਿਹੜੇ ਨਵੇਂ ਆ ਕਿ ਕਿੱਦਾਂ ਕਿਹੜੀ ਸਪਰੇ ਕਦੋਂ ਵਰਤਣੀ ਅਤੇ ਕਦੋਂ ਨਹੀਂ, ਉਹ ਤਾਂ ਬਣਾਈ ਸੀਗੀ। ਫਿਰ ਆਪਾਂ 2 ਐਕਸਪੈਰੀਮੈਂਟ ਵੀ ਕੀਤੇ ਸੀਗੇ, ਲਾਈਟਾਂ ਵੀ ਦਿਖਾਈਆਂ ਸੀ ਤੁਹਾਨੂੰ, ਇੱਕ ਡੋਰ ਵਾਲੀ ਅਤੇ ਇੱਕ ਮੈਂ ਆਪ ਜਿਹੜੀ ਦੇਸੀ ਜਗਾਲ ਲਾ ਕੇ ਬਣਾਈ ਸੀ। ਇੱਦਾਂ ਦੇ ਮਤਲਬ ਕਿ ਕਹਿਣ ਦਾ ਭਾਵ ਆ ਆਪਾਂ ਇੰਟਰਟੇਨਿੰਗ ਲਈ ਬਣਾਉਂਦੇ ਵੀਡੀਓ ਯੂਟਿਊਬ ਚੈਨਲ 'ਤੇ। ਅਤੇ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਲਿਆ ਚੈਨਲ ਠੀਕ ਆ, ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਦਾ ਬਟਨ ਪ੍ਰੈਸ ਕਰ ਲਓ, ਕਿਉਂਕਿ ਤੁਹਾਨੂੰ ਨਵੀਆਂ ਨੋਟੀਫਿਕੇਸ਼ਨਾਂ ਇੱਦਾਂ ਦੀਆਂ ਮਿਲਦੀਆਂ ਰਹਿਣੀਆਂ ਜੀ। ਅਤੇ ਹੋਰ ਆਪਾਂ ਕਈ ਗੱਲਾਂ ਇੱਦਾਂ ਦੀਆਂ ਹੈਗੀਆਂ ਜੀ, ਆਹ ਕੰਪਿਊਟਰ 'ਤੇ ਤੁਸੀਂ ਦੇਖ ਸਕਦੇ ਹਾਂ। ਮੈਂ ਵੀਡੀਓ ਦੇਖ ਰਿਹਾ ਸੀਗਾ ਜੀ, ਅਤੇ ਇੱਕ ਗੱਲ ਹੋਰ ਜੀ ਮੈਂ ਤੁਹਾਨੂੰ ਕਰਨੀ ਚਾਹੁੰਦਾ ਸੀਗਾ ਕਿ ਕਈ ਜਿੱਦਾਂ ਇੱਕ ਵਾਰ ਵੀਡੀਓ ਦੇਖਦੇ ਆ ਅਤੇ ਫਿਰ ਬਸ, ਤੁਸੀਂ ਇਹ ਨਹੀਂ ਹੈਗਾ ਕਿ ਇੱਕ ਵਾਰੀ ਜ਼ਰੂਰੀ ਦੇਖਣੀ ਆ, ਤੁਹਾਡਾ ਤੁਸੀਂ ਵਾਰ ਵਾਰ ਵੀ ਉਸ ਵੀਡੀਓ ਨੂੰ ਦੇਖ ਸਕਦੇ, ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਵਾਚ ਟਾਈਮ ਆ ਉਹ ਥੋੜ੍ਹਾ ਵੱਧ ਜਾਂਦਾ ਆ, ਜ਼ਿਆਦਾ ਹੋ ਜਾਂਦਾ। ਜਿੰਨੀ ਵਾਰ ਤੁਸੀਂ ਦੇਖੋਗੇ ਉੱਨੀ ਵਾਰ ਵਾਚ ਟਾਈਮ ਉਹਦਾ ਜ਼ਿਆਦਾ ਵੱਧਦਾ, ਵਾਚ ਟਾਈਮ ਵੱਧਦਾ ਆ। ਅਤੇ ਮੈਂ ਤਾਂ ਖੁਦ ਆਪਣੇ ਘਰ ਦੇ ਫੋਨ ਤੋਂ, ਸਾਰੇ ਰਿਸ਼ਤੇਦਾਰਾਂ ਦੇ ਤੋਂ ਅਤੇ ਆਪਣੇ ਫੋਨ ਤੋਂ ਮੈਂ ਤਾਂ ਵਾਰ ਵਾਰ 3-4 ਵਾਰ ਉਹ ਵੀਡੀਓ ਦੇਖਦਾ ਹਾਂ ਤਾਂ ਜੋ ਉਹਦਾ ਵਾਚ ਟਾਈਮ ਵੱਧ ਸਕੇ। ਅਤੇ ਤੁਸੀਂ ਵੀ ਸਾਰੇ ਜਣੇ ਇੱਦਾਂ ਕਰਿਆ ਕਰੋ, ਹਰੇਕ ਵੀਡੀਓ ਨੂੰ 4-5 ਵਾਰ ਦੇਖਿਆ ਕਰੋ ਜ਼ਰੂਰ, ਲਾਈਕ ਸਬਸਕ੍ਰਾਈਬ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਣੇ ਜਿੰਨੇ ਵੀ ਯਾਰ ਦੋਸਤ ਆਸ ਪਾਸ ਦੇ ਆਂਢੀ ਗੁਆਂਢੀ ਜਿੰਨੇ ਵੀ ਆ ਸਾਰਿਆਂ ਨੂੰ ਸ਼ੇਅਰ ਕਰਦਿਆ ਕਰੋ ਅਤੇ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ। ਅਤੇ ਚੈਨਲ ਸਬਸਕ੍ਰਾਈਬ ਇੱਦਾਂ ਕਰਨਾ ਹੈ ਜੀ, ਪਹਿਲਾਂ ਫੁੱਲ ਵੀਡੀਓ ਵਾਚ ਕਰਨੀ ਹੈ ਅਤੇ ਨਾ ਐਂਡ 'ਤੇ ਸਬਸਕ੍ਰਾਈਬ ਕਰਨਾ, ਕਿਉਂਕਿ ਜਦੋਂ ਆਪਾਂ ਪਹਿਲਾਂ ਸਬਸਕ੍ਰਾਈਬ ਕਰ ਦਿੰਦੇ ਹਾਂ ਉਹ ਫਿਰ ਵੀਡੀਓ ਦੇਖਣ ਤੋਂ ਪਹਿਲਾਂ ਸਬਸਕ੍ਰਾਈਬ ਕਰਦੇ ਹਾਂ, ਉਦੋਂ ਉਹ ਸਬਸਕ੍ਰਾਈਬਰ ਜਿਹੜਾ ਜੀ ਪਰਮਾਨੈਂਟ ਨਹੀਂ ਦਿੰਦਾ, ਕਿਉਂਕਿ ਆਪਾਂ ਵੀਡੀਓ ਦਾ ਵਾਚ ਟਾਈਮ ਵੀ ਦੇਣਾ ਹੁੰਦਾ ਆ, ਵਾਚ ਟਾਈਮ ਦੇਣ ਦੇ ਨਾਲ ਨਾਲ ਐਂਡ 'ਤੇ ਉਹਨੂੰ ਸਬਸਕ੍ਰਾਈਬ ਕਰੋਗੇ ਤਾਂ ਉਹ ਵਾਲਾ ਸਬਸਕ੍ਰਾਈਬਰ ਪਰਮਾਨੈਂਟ ਰਹਿੰਦਾ ਜੀ, ਅਤੇ ਉਹ ਫਿਰ ਲਾਸਟ ਤੱਕ ਉਹ ਪਰਮਾਨੈਂਟ ਰਹਿੰਦਾ, ਕਿਉਂਕਿ ਜਦੋਂ ਆਪਾਂ ਵੀਡੀਓ ਦੇ ਫਸਟ 'ਚ ਹੀ ਸਬਸਕ੍ਰਾਈਬ ਕਰ ਦਿੰਦੇ ਹਾਂ ਚੈਨਲ ਨੂੰ, ਅਤੇ ਉਹ ਵਾਲਾ ਜਿਹੜਾ ਯੂਟਿਊਬ ਹੈਗਾ ਆ ਉਹ ਤੁਹਾਡਾ ਸਬਸਕ੍ਰਾਈਬਰ ਜਿਹੜਾ ਆ ਉਹ ਅਨਸਬਸਕ੍ਰਾਈਬ ਆਪਣੇ ਆਪ ਕਰ ਦਿੰਦਾ ਹੈਗਾ ਜੀ। ਅਤੇ ਇੰਨੀਆਂ ਕੁ ਗੱਲਾਂ ਸੀਗੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀਗੀਆਂ, ਬਾਕੀ ਹੋਰ ਵੀ ਤੁਹਾਨੂੰ ਗੱਲਾਂ ਦੱਸਾਂਗੇ ਜੀ। ਆਪਾਂ ਵੀਡੀਓ ਦੇਖਣ ਲੱਗਾ ਸੀਗਾ, ਵੀਡੀਓ ਦੇਖਦੇ ਹਾਂ ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ ਜੀ। ਨਵੀਂ ਅਪਡੇਟਸ ਆਈ ਆ ਯੂਟਿਊਬ ਦੀ, ਅਤੇ ਜਿਹਨਾਂ ਜਿਹਨਾਂ ਨੇ ਵੀ ਨਵੇਂ ਯੂਟਿਊਬਰਸ ਜਾਂ ਕੁਛ ਵੀ ਜਿੱਦਾਂ ਵੀ ਹੈਗੇ ਆ ਉਹ ਅਪਡੇਟ ਕਰ ਸਕਦੇ ਆ, ਅਤੇ ਜੇ ਕਿਸੇ ਨੇ ਬਲੌਗ ਬਣਾਉਣਾ ਆ ਤਾਂ ਉਹ ਵੀ ਬਣਾਉਣਾ ਸ਼ੁਰੂ ਕਰ ਸਕਦਾ ਆ। ਕਈਆਂ ਨੇ ਮੈਨੂੰ ਇਹ ਵੀ ਸਵਾਲ ਕੀਤਾ ਕਿ ਬਲੌਗ ਬਣਾਉਣ ਲਈ ਕੀ ਕੁਛ ਚਾਹੀਦਾ ਆ, ਕੈਮਰਾ ਚਾਹੀਦਾ ਜਾਂ ਕੁਛ ਜਿੱਦਾਂ ਕੀ ਹੋਰ, ਜਿੱਦਾਂ ਪੈਸੇ ਖਰਚਣੇ ਪੈਂਦੇ, ਜ਼ਿਆਦਾ ਪੈਸੇ ਲੱਗਦੇ ਆ ਜਾਂ ਜੇ ਵੋ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਹਦੇ ਲਈ ਯੂਟਿਊਬ ਬਲੌਗ ਲਈ ਤੁਹਾਡੇ ਤੋਂ ਇੱਕ ਫੋਨ ਹੋਣਾ ਚਾਹੀਦਾ ਆ, ਸਿੰਪਲ ਕੈਮਰੇ ਵਾਲਾ ਹੀ ਹੋਵੇ ਭਾਵੇਂ, ਜਿਹਦੇ ਵਿੱਚ ਆਪਣਾ ਫੇਸ ਕਲੀਅਰ ਦਿਸਦਾ ਹੋਵੇ।
ਤੁਸੀਂ ਉਹਦੇ ਵਿੱਚ ਆਪਣੀ ਵੀਡੀਓ ਜੋ ਵੀ ਕਲਿੱਪ ਆਪਣੇ ਜਿੰਨੇ ਵੀ ਬਣਾਉਣੇ ਆ ਉਹ ਬਣਾ ਕੇ ਅਤੇ ਐਡਿਟ ਕਰ ਸਕਦੇ ਹਾਂ, ਐਡਿਟ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਬਲੌਗ ਰੈਡੀ ਕਰ ਸਕਦੇ ਹਾਂ। ਅਤੇ ਉਹਦਾ ਆਪਾਂ ਥੰਬਨੇਲ ਇੰਨਾ ਧਿਆਨ ਰੱਖਣਾ ਕਿ ਉਹਦਾ ਥੰਬਨੇਲ ਅਤੇ ਆਪਣਾ ਉਹਦਾ ਜਿਹੜਾ ਹੈਡਿੰਗ ਆ ਉਹ ਇੱਦਾਂ ਕਦਾ ਲਿਖੋ ਕਿ ਅਗਲਾ ਬੰਦਾ ਜਿਹੜਾ ਆ ਤੁਹਾਡਾ ਲਾਸਟ ਤੱਕ ਐਂਡ ਤੱਕ ਵਾਚ ਕਰੇ। ਅਗਲੇ ਇੱਕ ਬਲੌਗ ਬਣਾਉਣੇ ਆ ਤਾਂ ਬਲੌਗ ਬਣਾਓ ਇੱਦਾਂ ਕਦੇ ਕਿ ਜਿਹੜਾ ਅਗਲੇ ਬੰਦੇ ਨੂੰ ਦੇਖਣ ਨੂੰ ਇੰਟਰਸਟਿੰਗ ਲੱਗਣ ਅਤੇ ਉਹ ਤੁਹਾਡਾ ਲਾਸਟ ਤੱਕ ਦੇਖ ਲੈਣ। ਕਈ ਇੱਦਾਂ ਵੀ ਕਰਦੇ ਆ, ਸ਼ੁਰੂ ਕਰਦੇ ਆ, ਸ਼ੁਰੂ 'ਚ ਥੋੜ੍ਹਾ ਜਿਹਾ ਨੌਲੇਜ ਦਿੰਦੇ ਆ ਕਿ ਇੱਦਾਂ 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 ਚੀਜ਼, ਬਾਅਦ 'ਚ ਲਾਸਟ ਵਿੱਚ ਥੋੜ੍ਹਾ ਅੱਧ ਜਿਹੀ 'ਚ ਜਾ ਕੇ ਉਹ ਥੋੜ੍ਹਾ ਜਿਹਾ ਕੁਛ ਨਹੀਂ ਬੋਲਦੇ ਚੱਲਦੇ ਹੈਗੇ ਜਾਂ ਕੁਛ ਵੀ। ਮੈਂ ਵੀ ਪਹਿਲਾਂ ਸਟਾਰਟ ਕੀਤਾ ਸੀ, ਮੈਂ ਪਹਿਲਾਂ ਬਹੁਤ ਜਿੱਦਾਂ ਕਿਤੇ ਘੁੰਮਣ ਫਿਰਨ ਜਾਣਾ ਮੈਂ ਕਿਸੇ ਨਾਲ ਗੱਲ ਨਹੀਂ ਕਰਦਾ ਸੀਗਾ ਕਿਉਂਕਿ ਮੈਨੂੰ ਸ਼ਰਮ ਆਉਂਦੀ ਸੀਗੀ। ਅਤੇ ਬਾਅਦ ਵਿੱਚ ਫਿਰ ਹੌਲੀ ਹੌਲੀ ਮੈਂ ਉਹਦੇ ਵਿੱਚ ਰਸਤੇ ਪਹਿਲਾਂ ਬਲੌਗਸ ਮੇਰੇ ਤੁਸੀਂ ਦੇਖੇ ਹੋਣੇ ਪਹਿਲੇ ਬਲੌਗ, ਉਹਨਾਂ ਦੇ ਵਿੱਚ ਮੈਂ ਰਸਤੇ ਜ਼ਿਆਦਾ ਕਵਰ ਕੀਤੇ ਹੋਏ ਆ ਅਤੇ ਟਰੈਵਲਿੰਗ ਜ਼ਿਆਦਾ ਕੀਤੀ ਹੋਈ ਆ ਅਤੇ ਆਪਾਂ ਗੱਲਾਂ ਬਾਤਾਂ ਨਹੀਂ ਕਿਸੇ ਨਾਲ ਵੀ ਕੀਤੀਆਂ ਕਿਉਂਕਿ ਮੈਨੂੰ ਉਦੋਂ ਥੋੜ੍ਹਾ ਜਿਹਾ ਐਕਸਪੀਰੀਅੰਸ ਹੈ ਨਹੀਂ ਸੀਗਾ ਜੀ। ਅਤੇ ਹੁਣ ਜਦੋਂ ਐਕਸਪੀਰੀਅੰਸ ਬਣ ਚੁੱਕਾ ਆ ਅਤੇ ਮੈਨੂੰ ਉੱਦਾਂ ਵੀ ਯੂਟਿਊਬ ਤੋਂ ਵੀ ਮੈਂ ਵੀਡੀਓ ਦੇਖਦਾ ਰਹਿੰਦਾ ਹਾਂ ਅਤੇ ਉੱਦਾਂ ਵੀ ਮੈਨੂੰ ਕਈਆਂ ਨੇ ਕਿਹਾ ਕਿ ਟਰੈਵਲਿੰਗ ਘਟਾ ਕੇ ਗੱਲਾਂ ਬਾਤਾਂ ਕਰੋ, ਹਾਸਾ ਮਜ਼ਾਕ ਜਿੱਦਾਂ ਮਰਜ਼ੀ ਹੈ ਨਾ ਫਨੀ ਵੀਡੀਓਜ਼ ਪਾਓ ਅਤੇ ਕੋਈ ਨੌਲੇਜ ਵਾਲੀ ਵੀਡੀਓ ਪਾਓ। ਤਾਂ ਕਰਕੇ ਹੁਣ ਆਪਾਂ ਨਾ ਥੋੜ੍ਹਾ ਜਿਹਾ ਉਹਨੂੰ ਕੀਤਾ ਆ ਕਿ ਜਿਹੜੇ ਰਸਤੇ ਰੁਸਤੇ ਆ ਉਹ ਨਹੀਂ ਆਪਾਂ ਲੈਣੇ ਹੈਗੇ, ਬਸ ਹਾਂ ਸਟਾਰਟਿੰਗ ਤੋਂ ਦੱਸ ਦੇਣਾ ਹੈਗਾ ਜੀ ਇੱਥੇ ਚੱਲੇ ਉੱਥੇ ਆ ਇੱਦਾਂ ਆਹ ਕੰਮ ਆ ਇਹਦੇ ਕਰਕੇ ਚੱਲੇ ਸੀਗੇ। ਤਾਂ ਬਸ ਇੰਨਾ ਦੱਸ ਕੇ ਬਾਕੀ ਜਾ ਕੇ ਜੋ ਵੀ ਤੁਸੀਂ ਕਰਨਾ ਜਾਂ ਜਿੱਥੇ ਵੀ ਤੁਸੀਂ ਜਾਣਾ ਉਹ ਚੀਜ਼ ਤੋਂ ਆਪਣਾ ਦੱਸੋ ਕਿ ਇੱਥੇ ਆਪਾਂ ਆਏ ਸੀਗੇ ਇੱਦਾਂ ਕਰਕੇ ਇੱਦਾਂ ਜੋ ਵੀ ਆ ਜਿੱਦਾਂ ਵੀ ਤੁਸੀਂ ਵੀਡੀਓ 'ਚ ਦੇਖ ਲਿਓ। ਆਪਾਂ ਗਾਂਹ ਤੋਂ ਗਾਂਹ ਹੌਲੀ ਤੋਂ ਹੌਲੀ ਅੱਗੇ ਤੋਂ ਅੱਗੇ ਥੋੜ੍ਹਾ ਜਿਹਾ ਵਧੀਆ ਕਰਨ ਦੀ ਕੋਸ਼ਿਸ਼ ਕਰੀਦੀ ਆ। ਅਤੇ ਯੂਟਿਊਬ ਦੇ ਜਿੱਦਾਂ ਮੈਂ ਯੂਟਿਊਬਰਸ ਦੀ ਵੀਡੀਓਜ਼ ਦੇਖਦਾ ਰਹਿੰਦਾ ਹੁੰਦਾ ਹਾਂ ਵੀ ਕੀ ਕਰਦੇ ਕੀ ਨਹੀਂ ਅਤੇ ਫਿਰ ਆਪਾਂ ਉਹਨਾਂ ਦੇ ਹਿਸਾਬ ਨਾਲ। ਅਤੇ ਇੱਕ ਇਹ ਵੀ ਬਹੁਤ ਧਿਆਨ ਰੱਖਣਾ ਪੈਂਦਾ ਜੀ ਕਿ ਅੱਜ ਕੱਲ੍ਹ ਦੀ ਜੋ ਦੁਨੀਆ ਜਨਰੇਸ਼ਨ ਆ ਜਾਂ ਕੋਈ ਵੀ ਲੋਕ ਆ ਜਿਹੜੇ ਕਿੱਦਾਂ ਦੀ ਵੀਡੀਓ ਪਸੰਦ ਕਰਦੇ ਆ ਅਤੇ ਉੱਦਾਂ ਦੀ ਵੀਡੀਓ ਤੁਹਾਨੂੰ ਉੱਤੇ ਯੂਟਿਊਬ ਚੈਨਲ 'ਤੇ ਪਾਉਣੀ ਚਾਹੀਦੀ ਆ ਕਿਉਂਕਿ ਤਾਂ ਹੀ ਲੋਕ ਜ਼ਿਆਦਾ ਪਸੰਦ ਕਰੂਗੇ ਅਤੇ ਜ਼ਿਆਦਾ ਵਾਚ ਕਰੂਗੇ। ਨਹੀਂ ਤਾਂ ਜੇ ਕੋਈ ਉੱਦਾਂ ਦੀ ਵੀਡੀਓ ਹੋਊਗੀ ਹਾਂ ਇੰਟਰਸਟਿੰਗ ਨਹੀਂ ਹੈਗੀ ਜਾਂ ਕੁਛ ਵੀ ਆ ਉਹ ਵੀਡੀਓ ਨਹੀਂ ਲਾਈਕ ਕਰਨਗੇ, ਉਹਨੂੰ ਵਾਚ ਟਾਈਮ ਨਹੀਂ ਮਿਲੇਗਾ ਅਤੇ ਸਬਸਕ੍ਰਾਈਬਰ ਵੀ ਨਹੀਂ ਜਾਣਗੇ। ਤੁਸੀਂ ਇੱਦਾਂ ਦੀ ਵੀਡੀਓ ਇੱਕ ਲੈ ਕੇ ਆਓ ਜਿਹਦੀ ਵਿੱਚ ਨੌਲੇਜ ਹੋਵੇ ਜਾਂ ਕੋਈ ਚੀਜ਼ ਬਾਰੇ ਦੱਸਿਆ ਹੋਵੇ, ਹਿਸਟਰੀ ਦੱਸੀ ਹੋਵੇ ਕਿਸੇ ਚੀਜ਼ ਦੀ ਜਾਂ ਕੁਛ, ਉਹ ਵੀਡੀਓ ਲੈ ਕੇ ਆਓ ਯੂਟਿਊਬ ਦੇ ਵਿੱਚ ਤਾਂ ਜੋ ਲੋਕ ਉਹਨੂੰ ਵਾਚ ਕਰਨ। ਤੁਸੀਂ ਸਾਰਿਆਂ ਨੇ ਇਹ ਜ਼ਰੂਰ ਧਿਆਨ 'ਚ ਰੱਖਣਾ ਕਿ ਆਪਣਾ ਜਿਹੜਾ ਵੀਡੀਓ ਕੋਈ ਵੀ ਇੰਟਰਸਟਿੰਗ ਜਿਹੜੀ ਵੀ ਜਿੱਦਾਂ ਦੀ ਮਰਜ਼ੀ ਤੁਸੀਂ ਬਣਾਉਣੀ ਆ ਉਹਦਾ ਥੰਬਨੇਲ ਅਤੇ ਜਿਹੜਾ ਉਹਦਾ ਹੈਡਿੰਗ ਦੇਣਾ ਆ ਕੀ ਦੇਣਾ ਆ ਕਿੱਦਾਂ ਦਾ ਦੇਣਾ ਉਹ ਲੋਕਾਂ ਦੇ ਹਿਸਾਬ ਨਾਲ ਦੇਣਾ ਆ ਕਿ ਜਿਹੜੇ ਲੋਕ ਉਹਨੂੰ ਲੋਕਾਂ ਨੂੰ ਇੰਟਰਸਟਿੰਗ ਲੱਗੇ ਅਤੇ ਉਹ ਤੁਹਾਡੀ ਵੀਡੀਓ ਨੂੰ ਐਂਡ ਤੱਕ ਵਾਚ ਕਰੇ। ਉਹ ਤਾਂ ਹੈਗਾ ਹੀ ਹੈਗਾ ਕਿ ਜੇ ਤੁਹਾਡੀ ਲੋਕ ਵੀਡੀਓ ਪੂਰੀ ਵਾਚ ਕਰਨਗੇ ਐਂਡ ਤੱਕ ਅਤੇ ਤੁਹਾਨੂੰ ਸਬਸਕ੍ਰਾਈਬ ਵੀ ਮਿਲੂਗਾ ਜ਼ਰੂਰ। ਅਤੇ ਕਈ ਨਵੇਂ ਹੈਗੇ ਆ ਜਿੱਦਾਂ ਕਈ ਯੂਟਿਊਬ ਚਲਾਉਂਦੇ ਆ ਕਈਆਂ ਨੂੰ ਇੰਨੀ ਨੌਲੇਜ ਹੈ ਨਹੀਂ ਕਿ ਸਬਸਕ੍ਰਾਈਬ ਕਿੱਦਾਂ ਕਰਨਾ ਅਤੇ ਕਿੱਦਾਂ ਨਹੀਂ, ਉਹ ਵੀਡੀਓ ਦੇਖਦੇ ਇਕੱਲੀ ਜਦੋਂ ਤੁਸੀਂ ਲਿੰਕ ਸ਼ੇਅਰ ਕਰ ਦਿੰਦੇ ਆ। ਅਤੇ ਬਾਕੀ ਜਦੋਂ ਵੀ ਯੂਟਿਊਬ 'ਤੇ ਕੋਈ ਵੀ ਵੀਡੀਓ ਦੇਖਦੇ ਨੇ ਸਬਸਕ੍ਰਾਈਬ ਕਰ ਲਿਆ ਕਰੋ ਅਤੇ ਬੈੱਲ ਆਈਕਨ ਦਾ ਬਟਨ ਨਾਲ ਪ੍ਰੈਸ ਕਰ ਲਿਆ ਕਰੋ ਤਾਂ ਜੋ ਤੁਹਾਡੇ ਤੱਕ ਉਹਦੀਆਂ ਵੱਖ ਵੱਖ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਪਹੁੰਚ ਸਕੇ। ਨੋਟੀਫਿਕੇਸ਼ਨ ਦੇ ਵਿੱਚ ਆ ਜਾਂਦੀਆਂ, ਤੁਸੀਂ ਉਹਦੇ ਵਿੱਚੋਂ ਫਿਰ ਦੇਖ ਸਕਦੇ ਹੋ ਉਹਦੀ ਵੀ ਅਗਲੀ ਵੀਡੀਓ, ਨੈਕਸਟ ਵੀਡੀਓ, ਉਹ ਤੋਂ ਅਗਲੀ ਵੀਡੀਓ, ਉਹ ਤੋਂ ਅਗਲੀ ਵੀਡੀਓ। ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਿੱਦਾਂ ਆਪਣੇ ਫੋਨ 'ਤੇ ਮੈਸੇਜ ਆਉਂਦਾ, ਟੈਕਸਟ ਮੈਸੇਜ ਇੱਦਾਂ ਆ ਜਾਂਦਾ ਉੱਤੇ ਨੋਟੀਫਿਕੇਸ਼ਨ ਦੇ ਵਿੱਚ, ਅਤੇ ਤੁਸੀਂ ਦੇਖ ਸਕਦੇ ਹਾਂ। ਅਤੇ ਬਾਕੀ ਜਿਨ੍ਹਾਂ ਨੇ ਵੀ ਯੂਟਿਊਬ 'ਤੇ ਵਲੌਗ ਬਣਾਉਣੇ ਸਟਾਰਟ ਕਰਨੇ ਆ ਕਰ ਲਓ, ਕਰ ਸਕਦੇ ਆ ਜੀ। ਅਤੇ ਇੰਨਾ ਔਖਾ ਤਾਂ ਹੈ ਨਹੀਂ ਗਾ ਕੰਮ, ਬਸ ਤੁਹਾਨੂੰ ਇੱਕ ਕੰਫੀਡੈਂਸ ਚਾਹੀਦਾ ਆ ਜੀ ਬੋਲਣ ਦਾ। ਅਤੇ ਬਸ ਬਾਕੀ ਡਿਪੈਂਡ ਕਰਦਾ ਤੁਹਾਡੇ 'ਤੇ ਕਿੱਦਾਂ ਦੀ ਵੀਡੀਓ ਪਾਉਣੀ ਆ ਅਤੇ ਕੀ ਕੁਛ ਤੁਸੀਂ ਦੱਸਣਾ ਚਾਹੁੰਦੇ ਆ, ਜੋ ਵੀ ਜਿੱਦਾਂ ਵੀ ਵੀਡੀਓ 'ਚ ਤੁਸੀਂ ਪਾਉਣਾ ਜੋ ਵੀ। ਅਤੇ ਮੈਂ ਵੀਡੀਓ ਬਣਾਉਂਦਾ ਪਿਆ ਜੀ ਇਸ ਟਾਈਮ, ਮੇਰੇ ਤੋਂ ਹੈਗਾ ਆ ਮੋਬਾਈਲ ਫੋਨ ਆ, ਮੇਰੇ ਤੋਂ ਹੈਗਾ ਜੀ ਰੈਡਮੀ ਨੋਟ 8 ਦਾ ਫੋਨ ਆ। ਅਤੇ ਬਸ ਮੈਂ ਉਹਦੇ ਉੱਤੇ ਬਸ ਯੂਟਿਊਬ ਵੀਡੀਓਜ਼ ਬਣਾਉਣਾ, ਜਿੰਨੀਆਂ ਵੀ ਅੱਜ ਤੱਕ ਵੀਡੀਓ ਬਣਾਈਆਂ ਆ ਇਹਦੇ ਫੋਨ ਦੇ ਉੱਪਰ ਹੀ ਬਣਾਈਆਂ ਆ। ਅਤੇ ਬਾਕੀ ਆਪਣੀ ਇੱਛਾ ਆ, ਤੁਸੀਂ ਜੇ ਤੁਹਾਡੇ ਤੋਂ ਆਈਫੋਨ ਹੈਗਾ ਆਈਫੋਨ 'ਤੇ ਬਣਾ ਲਓ, ਉਹ ਵੀ ਵਧੀਆ ਬਣਦੀ ਆ ਉੱਤੇ ਜਿੱਦਾਂ ਮੂਵੀ ਇੱਦਾਂ 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 ਫੋਨ ਹਿਲਾਉਂਦੇ ਹਾਂ ਆਪਾਂ,
ਸਟੈਪਲਾਈਜੇਸ਼ਨ ਵੀ ਹੈਗਾ ਉਹਦੇ 'ਤੇ ਆਪਸ਼ਨ ਹੈਗਾ ਆ ਜਿੱਦਾਂ ਵੀਡੀਓ ਬਣਾਉਂਦੇ ਹਾਂ ਅਤੇ ਉਹ ਜਿੱਦਾਂ ਮਰਜ਼ੀ ਫੋਨ ਹਿੱਲੀ ਜਾਵੇ ਵੀਡੀਓ ਨਹੀਂ ਆਪਣੀ ਹਿੱਲਦੀ ਅਤੇ ਬਾਕੀ ਇਹਦੇ ਲਈ ਬਾਕੀ ਤਾਂ ਹੋਰ ਵੀ ਕਈ ਹੈਗੇ ਆ ਸਾਧਨ ਜੇ ਵੀਡੀਓ ਬਣਾਉਣੀ ਆ ਤੁਸੀਂ ਕੈਮਰਾ ਲੈ ਸਕਦੇ ਆ ਮਹਿੰਗੇ ਤੋਂ ਮਹਿੰਗਾ ਕੈਮਰਾ 5-6 ਹਜ਼ਾਰ 10 ਹਜ਼ਾਰ 20 ਹਜ਼ਾਰ 40 ਹਜ਼ਾਰ ਤੱਕ ਵੀ ਕੈਮਰਾ ਹੈਗਾ ਉੱਪਰ ਤੱਕ ਵੀ ਮਹਿੰਗੇ ਮਹਿੰਗੇ ਵੀ 1.5-2 ਲੱਖ ਦੇ ਵੀ ਹੈਗੇ ਆ ਨਾ ਅਤੇ ਬਾਕੀ ਮੈਂ ਯੂਟਿਊਬ 'ਤੇ ਵੀ ਦੇਖਦਾ ਹੁੰਦਾ ਕਈਆਂ ਨੇ ਕੈਮਰੇ ਲਏ ਹੋ ਆ ਜਿਨ੍ਹਾਂ ਦੇ ਸਬਸਕ੍ਰਾਈਬਰ ਬਹੁਤ ਜ਼ਿਆਦਾ ਆ ਜਿਨ੍ਹਾਂ ਨੂੰ ਕਲੈਰਟੀ ਜ਼ਿਆਦਾ ਚਾਹੀਦੀ ਹੁੰਦੀ ਆ ਅਤੇ ਉਹ ਬਾਕੀ ਕਈਆਂ ਦੇ ਵਿੱਚ ਡਰੋਨ ਵੀ ਆ ਕਈਆਂ ਤੋਂ ਹੈਗੇ ਆ ਅਤੇ ਅੱਜ ਕੱਲ੍ਹ ਤਾਂ ਹੁਣ ਤਾਂ ਉਹ ਮਿਲਦੇ ਨਹੀਂ ਉਹ ਪਰ ਉਹ ਔਨਲਾਈਨ ਮਿਲ ਜਾਂਦੇ ਆ ਨੈੱਟ ਤੋਂ ਛੋਟੇ 5-7 ਹਜ਼ਾਰ ਦਾ ਮਿਲ ਜਾਂਦਾ ਜੀ ਅਤੇ ਬਾਕੀ ਆਪਣੇ ਤੁਸੀਂ ਕੁਛ ਵੀ ਕਰ ਸਕਦੇ ਆ ਜਿੱਦਾਂ ਵੀ ਜਿੰਨਾ ਵੀ ਤੁਸੀਂ ਜੇ ਪੈਸੇ ਖਰਚਣੇ ਆ ਤਾਂ ਫਿਰ ਤੁਸੀਂ ਵਧੀਆ ਵੀ ਕਰ ਸਕਦੇ ਆ ਜਿੱਦਾਂ ਇੱਕ ਸਟੈਂਡ ਲੈ ਲਓ ਫੋਨ ਲਗਾਉਣ ਲਈ ਆਹ ਮੈਂ ਲਿਆ ਹੈਗਾ ਜੀ ਦੇਖ ਸਕਦੇ ਤੁਸੀਂ ਆਹ ਸਟੈਂਡ ਮੇਰੇ ਤੋਂ ਪਿਆ ਆ ਇਹ ਸਟੈਂਡ ਇਹ ਵਾਲਾ ਸਟੈਂਡ ਜਿਹੜਾ ਹੈਗਾ ਆ ਜੀ ਇਹ ਰਿੰਗ ਲਾਈਟ ਦਾ ਸਟੈਂਡ ਆ ਇਹਦੇ ਉੱਪਰ ਰਿੰਗ ਲਾਈਟ ਲੱਗ ਜਾਂਦੀ ਇੱਥੇ ਅਤੇ ਇੱਥੇ ਆਪਾਂ ਇਹਦੇ ਉੱਤੇ ਮੈਂ ਇਸ ਟਾਈਮ ਲਾਇਆ ਜੀ ਮੋਬਾਈਲ ਹੋਲਡਰ ਫੋਨ ਹੋਲਡਰ ਲਾਇਆ ਹੋਇਆ ਮੈਂ ਔਨਲਾਈਨ ਹੀ ਮੰਗਵਾਉਂਦਾ ਹੁੰਦਾ ਇਹ ਵੀ ਚੀਜ਼ਾਂ ਅਤੇ ਇਹਦੇ ਉੱਪਰ ਹੀ ਤੁਸੀਂ ਇੱਥੇ ਤੁਸੀਂ ਰਿੰਗ ਲਾਈਟ ਵੀ ਲਾ ਸਕਦੇ ਆ ਆਹ ਹੈਗਾ ਜੀ ਮੋਬਾਈਲ ਹੋਲਡਰ ਆ ਇੱਥੋਂ ਐਡਜਸਟਮੈਂਟ ਹੋ ਜਾਂਦੀ ਆ ਜਿੱਦਾਂ ਵੀ ਮੋਬਾਈਲ ਆ ਜਾਂ ਕੋਈ ਵੀ ਕੈਮਰਾ ਆ ਜਾਂ ਕੁਛ ਵੀ ਆ ਇਹਦੇ ਵਿੱਚ ਤੁਸੀਂ ਐਡਜਸਟਮੈਂਟ ਕਰ ਸਕਦੇ ਆ ਜੀ ਅਤੇ ਬਾਕੀ ਤੁਸੀਂ ਜਿੱਦਾਂ ਦਾ ਵੀ ਬਣਾਉਣਾ ਚਾਹੁੰਦੇ ਆ ਜੇ ਤੁਹਾਨੂੰ ਜ਼ਿਆਦਾ ਕਲੈਰਟੀ ਚਾਹੀਦੀ ਆ ਤਾਂ ਫਿਰ ਤੁਸੀਂ ਕੈਮਰਾ ਬਾਏ ਕਰ ਸਕਦੇ ਆ ਬਾਕੀ ਇਹ ਡਿਪੈਂਡ ਕਰਦਾ ਤੁਸੀਂ ਕਿੱਦਾਂ ਵੀ ਕਿਸੇ ਸ਼ੋਪ ਤੋਂ ਕਰਨਾ ਔਨਲਾਈਨ ਕਰਨਾ ਬਥੇਰਾ ਸਾਈਟਾਂ ਹੈਗੀਆਂ ਆ ਤੁਸੀਂ ਦੇਖ ਸਕਦੇ ਆ ਅਤੇ ਆਪਾਂ ਤਾਂ ਹਜੇ ਸਿੰਪਲ ਫੋਨ ਨਾਲ ਕਰਦੇ ਪਏ ਹਾਂ ਬਾਕੀ ਜਦੋਂ ਦੇਖਦੇ ਹਾਂ ਜਦੋਂ ਸਬਸਕ੍ਰਾਈਬਰ ਥੋੜ੍ਹੇ ਅੱਪ ਹੋਣਗੇ ਤਾਂ ਆਪਾਂ ਫਿਰ ਆਪਾਂ ਨੈਕਸਟ ਵੀ ਦੇਖਾਂਗੇ ਕਿ ਕੈਮਰਾ ਲੈਣ ਦੀ ਲੋੜ ਹੈਗੀ ਆ ਜਾਂ ਨਹੀਂ ਹੈਗੀ ਅਤੇ ਬਾਕੀ ਚਲੋ ਜੀ ਮਿਲਦੇ ਰਹਾਂਗੇ ਆਪਾਂ ਇੱਦਾਂ ਹੀ ਨਵੇਂ ਨਵੇਂ ਬਲੌਗਾਂ ਦੇ ਨਾਲ ਅਤੇ ਬਣੇ ਰਹੋ ਯੂਟਿਊਬ ਚੈਨਲ ਬੈਂਸ ਸਾਹਿਬ ਦੇ ਨਾਲ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹਾਲੇ ਤੱਕ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਬੈੱਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਿਓ ਤਾਂ ਜੋ ਤੁਹਾਡੇ ਤੱਕ ਨਵੀਆਂ ਨਵੀਆਂ ਨੋਟੀਫਿਕੇਸ਼ਨਾਂ ਪਹੁੰਚ ਸਕਣ ਅਤੇ ਹਾਂਜੀ ਨਾਲ ਇੱਕ ਹੋਰ ਰਿਕੁਐਸਟ ਆ ਜੀ ਮੈਂ ਸੋਰੀ ਹਾਂ ਅਤੇ ਮੈਂ ਜਿੱਦਾਂ ਮੈਨੂੰ ਕਾਫੀ ਦਿਨ ਹੋ ਗਏ ਸੀਗੇ ਸਾਰੇ ਜਣੇ ਕਹਿੰਦੇ ਬਸੀ ਜਲਾਲ ਦਾ ਬਲੌਗ ਨਹੀਂ ਬਣਾਇਆ ਅਤੇ ਉਹ ਵੀ ਤੁਹਾਡੇ ਸਾਹਮਣੇ ਅੱਜ ਕੱਲ੍ਹ 'ਚ ਲੈ ਕੇ ਆਵਾਂਗੇ 1-2 ਦਿਨਾਂ 'ਚ ਸਿਰਫ ਓਨਲੀ ਫੋਰ 2 ਡੇਜ਼ ਗੋ ਅਤੇ ਤੁਹਾਡੇ ਲਈ ਲੈ ਕੇ ਆਵਾਂਗੇ ਆਪਾਂ ਬਲੌਗ ਬਸੀ ਜਲਾਲ ਖਾਂ ਦਾ ਬਸ ਤਿਆਰੀ ਹੋ ਚੁੱਕੀ ਆ ਜੀ ਆਪਾਂ ਨੂੰ ਡਿਟੇਲ ਮਿਲ ਚੁੱਕੀ ਆ ਬਸ ਆਪਾਂ ਨਾ ਕੱਲ੍ਹ ਨੂੰ ਬਸ ਆਪਾਂ ਪਿੰਡ 'ਚ ਘੁੰਮਣਾ ਆ ਅਤੇ ਵੀਡੀਓ ਬਣਾਉਣੀ ਆ ਆਪਾਂ ਬਸ ਫਿਰ ਤੁਹਾਡੇ ਸਾਹਮਣੇ ਲੈ ਆਉਣਾ ਆ ਉਹਦੇ ਦੇਖਦੇ ਹਾਂ ਉਹਦੇ 2-3 ਪਾਰਟ ਬਣਾਉਂਦੇ ਹਾਂ ਕਿਉਂਕਿ ਉਹ ਜ਼ਿਆਦਾ ਲੰਬਾ ਹੋ ਜਾਣਾ ਇੱਕ ਪਾਰਟ 'ਚ ਫਿਰ ਜ਼ਿਆਦਾ ਲੰਬਾ ਹੋ ਜਾਣਾ ਕਈ ਵਾਰੀ ਫਿਰ ਲੋਕ ਕਹਿੰਦੇ ਆ ਕਿ ਇੱਡਾ ਲੰਬਾ ਸ਼ਾਟ ਯਾਰ ਕੀ ਦੇਖਣਾ ਮੂਹਰਿਓਂ ਜੇ ਫਰੰਟ ਜੇ ਤਾਂ ਥੋੜ੍ਹਾ ਜਿਹਾ 4-5 ਮਿੰਟ ਦਾ ਦੇਖ ਕੇ ਐਂਡ ਜਾਂ ਦੇਖ ਲੈਂਦੇ ਸੈਂਟਰ ਜੇ ਦੇਖ ਲਿਆ ਬਸ ਠੀਕ ਆ ਜੀ ਸਕਿੱਪ ਕਰਕੇ ਹਾਂਜੀ ਇੱਕ ਸੱਚ ਹੋਰ ਧਿਆਨ ਰੱਖਿਆ ਕਰੋ ਜਦੋਂ ਤੁਸੀਂ ਕੋਈ ਵੀ ਵੀਡੀਓ ਦੇਖਦੇ ਆ ਨਾ ਕਿਸੇ ਦੀ ਵੀ ਵੀਡੀਓ ਦੇਖਦੇ ਸਬਸਕ੍ਰਾਈਬਰ ਉਹਦੀ ਯੂਟਿਊਬਰਸ ਦੀਆਂ ਵੀਡੀਓਜ਼ ਦੇਖਦੇ ਹੁੰਦੇ ਆ ਉਹਨੂੰ ਜਦੋਂ ਸਟਾਰਟ ਵੀਡੀਓ ਕਰਦੇ ਹੁੰਦੇ ਉਹਨੂੰ ਕਦੀ ਵੀ ਸਕਿੱਪ ਕਰਕੇ ਨਾ ਦੇਖਿਆ ਕਰੋ ਕਿਉਂਕਿ ਜਦੋਂ ਆਪਾਂ ਸਕਿੱਪ ਕਰਦੇ ਹਾਂ ਉਹਦਾ ਪੂਰਾ ਵਿਊ ਵੀਡੀਓ ਦਾ ਨਹੀਂ ਮਿਲਦਾ ਹੈਗਾ ਚਾਹੇ ਜਿੰਨੀ ਵਾਰ ਮਰਜ਼ੀ ਵੀਡੀਓ ਦੇਖ ਲਓ ਜਦ ਤੱਕ ਆਪਾਂ ਉਹਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪੂਰੀ ਨਹੀਂ ਦੇਖਦੇ ਤਦ ਤੱਕ ਉਹਦਾ ਵਿਊ ਕੰਪਲੀਟ ਨਹੀਂ ਹੁੰਦਾ ਅਤੇ ਇਸ ਲਈ ਸਕਿੱਪ ਨਾ ਕਰਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਅਤੇ ਮੈਂ ਤਾਂ ਹੀ ਛੋਟੀਆਂ ਵੀਡੀਓ 14-15 ਮਿੰਟ ਦੀਆਂ ਪਾਉਂਦਾ ਹੁੰਦਾ ਕਿ ਬੰਦਾ ਪੂਰੀ ਵੀਡੀਓ ਦੇਖ ਸਕੇ ਵੀ ਇਹਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਉਹ ਮੈਂ ਪਾ ਦੇਵਾਂ ਉੱਥੇ 3-4 ਘੰਟੇ ਦੀ ਵੀਡੀਓ ਪਾ ਦੇਵਾਂ ਅਤੇ ਲੋਕ ਕਹਿਣ ਆ ਯਾਰ ਆਹ ਕੀ ਪਾਤਾ ਐਡਾ ਲੰਬਾ ਪਤਾ ਨਹੀਂ ਕੀ ਕਰੀ ਜਾਂਦਾ ਹੈ ਨਾ ਕੀ ਨਹੀਂ ਕਰਦਾ ਅਤੇ ਉਹ ਫਿਰ ਆਪਾਂ ਤਾਂ ਕਰਕੇ ਹੁਣ ਛੋਟੀਆਂ ਬਣਾ ਦਿੱਤੀਆਂ ਆ ਕਿ ਤਾਂ ਜੋ ਲੋਕ ਦੇਖ ਸਕਣ ਆਰਾਮ ਨਾਲ ਬੜੇ ਆਰਾਮ ਨਾਲ ਕਈ ਜਿੱਦਾਂ ਕਈ ਜਾਣਿਆਂ ਤੋਂ ਕਿ ਸਾਰਿਆਂ ਤੋਂ ਹੀ ਟਾਈਮ ਜਿੱਦਾਂ ਬਹੁਤ ਘੱਟ ਹੁੰਦਾ ਆ ਅਤੇ ਦੇਖਣ ਦਾ ਹੈ ਨਾ ਸੋ ਤਾਂ ਕਰਕੇ ਫਿਰ ਛੋਟੀ ਜਿਹੀ ਹੋਵੇ ਤਾਂ ਬੰਦਾ ਦੇਖ ਲੈਂਦਾ ਜਲਦੀ ਜਲਦੀ ਨਾਲੇ ਪਤਾ ਲੱਗ ਜਾਂਦਾ ਕੀ ਹੈ ਕੀ ਨਹੀਂ ਐਂਡ ਤੱਕ ਜੇ 2-3 ਘੰਟੇ ਦੀ ਬਣਾਵਾਂਗੇ ਉਹਦੇ ਵਿੱਚ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਸ਼ੁਰੂ ਸਟਾਰਟਿੰਗ ਕਿੱਥੋਂ ਹੋਈ ਆ ਐਂਡ 'ਚ ਕੀ ਆ
ਤੇ ਅੱਧ ਚ ਕੀ ਆ ਤੇ ਐਂਡ ਕਿੱਥੇ ਹੋਇਆ ਕਿੱਥੇ ਨਹੀਂ ਹੈ ਨਾ ਕੋਈ ਵੀਡੀਓ ਫੁੱਲ ਹੁਣ ਮੈਂ ਤਾਂ ਚਲੋ 14-15 ਮਿੰਟ ਦੀ ਬਣਾ ਦਿੰਦਾ ਕਈ ਜਣੇ ਹੈਗੇ ਇੱਦਾਂ ਦੇ ਵੀ ਜਿਹੜੇ ਸਬਸਕ੍ਰਾਈਬਰ ਹੀ ਆ ਮੇਰੇ ਵਿੱਚੋਂ ਅਤੇ ਕਈ ਵਾਰੀ ਮੈਂ ਪੁੱਛਦਾ ਲੈਂਦਾ ਹੁੰਦਾ ਆ ਵੀ ਤੁਸੀਂ ਲਾਸਟ ਤੱਕ ਵੀਡੀਓ ਦੇਖੀ ਸੀ ਕਹਿੰਦੇ ਹਾਂਜੀ ਹਾਂਜੀ ਦੇਖੀ ਸੀ ਮੈਂ ਕਿਹਾ ਚਲੋ ਇਹ ਦੱਸੋ ਵੀ ਉਹਦੇ ਲਾਸਟ 'ਤੇ ਜਾਂ ਆਇਆ ਇਹ ਸੈਂਟਰ 'ਚ ਉਹਦੇ 'ਚ ਵੀਡੀਓ 'ਚ ਕੀ ਮੈਂ ਦੱਸਿਆ ਆ ਫਿਰ ਉਹ ਸੋਚਣ ਲੱਗ ਜਾਂਦੇ ਆ ਕਿ ਯਾਰ ਪਤਾ ਨਹੀਂ ਮੈਂ ਸਕਿੱਪ ਕਰਕੇ ਦੇਖ ਲਈ ਸੀ ਥੋੜ੍ਹੀ ਬਹੁਤੀ ਇੱਦਾਂ ਫਿਰ ਉਹ ਇਸ ਲਈ ਮੈਂ ਤੁਹਾਨੂੰ ਦੱਸਦਾ ਪਿਆ ਕਿ ਪੂਰੀ ਵੀਡੀਓ ਦੇਖਿਆ ਕਰੋ ਤਾਂ ਹੀ ਵਿਊ ਪੂਰਾ ਹੋਣਾ ਆ ਨਹੀਂ ਤਾਂ ਨਹੀਂ ਹੋਣਾ ਅਤੇ ਬਾਅਦ ਟਾਈਮ ਵੀ ਉਹਨੂੰ ਤਾਂ ਹੀ ਮਿਲਣਾ ਆ ਜੇ ਅੱਧੀ ਦੇਖੋਗੇ ਸਕਿੱਪ ਕਰੋਗੇ ਤਾਂ ਉਹਨੂੰ ਬਾਅਦ ਟਾਈਮ ਨਹੀਂ ਮਿਲਣਾ ਅਤੇ ਬਾਕੀ ਇੰਨੀਆਂ ਕੁ ਰਿਕੁਐਸਟਾਂ ਸੀਗੀਆਂ ਜੀ ਚਲੋ ਮਿਲਦੇ ਹਾਂ ਜੀ ਫਿਰ ਅੱਗੇ ਤੋਂ ਅੱਗੇ ਵਲੋਗਾਂ 'ਚ ਡਿਫਰੈਂਟ ਵਲੋਗ ਆਪਾਂ ਤੁਹਾਨੂੰ ਕਿਹਾ ਸੀਗਾ ਆਪਾਂ ਕਿਤੇ ਘੁੰਮਣ ਵੀ ਜਾਣਾ ਆ ਅਤੇ ਜਾਣਾ ਸੀਗਾ ਉਹ ਪਲੈਨ ਕੈਂਸਲ ਹੋ ਗਿਆ ਅਤੇ ਹੁਣ ਆਪਾਂ ਥੋੜ੍ਹੇ ਟਾਈਮ ਬਾਅਦ ਫਿਰ ਪਲੈਨ ਬਣਾਵਾਂਗੇ ਅਤੇ ਤੁਹਾਨੂੰ ਦੱਸਾਂਗੇ ਜਦੋਂ ਜੇ ਕਿਤੇ ਜਾਣਾ ਹੋਇਆ ਚਲੋ ਠੀਕ ਆ ਜੀ ਫਿਰ ਮਿਲਦੇ ਹਾਂ ਨੈਕਸਟ ਵਲੌਗ ਓਕੇ ਬਾਏ ਬਾਏ ਟਾਟਾ।